ਜਿਹੜੀਆਂ ਸੰਸਥਾਵਾਂ ਜਿਹੜੇ ਲੋਕ ਲੋਕ ਭਲਾਈ ਦੇ ਕੰਮ ਕਰਦੇ ਨੇ, ਮਦਦ ਕਰਦੇ ਨੇ, ਉਹਨਾਂ ਦਾ ਮਾਣ ਐਂਡ ਸਤਿਕਾਰ ਹੋਣਾ ਚਾਹੀਦਾ। ਮੈਂ ਡਾਕਟਰ ਸਾਹਿਬ ਦਾ ਸਮੋ ਅਤੇ ਉਹਨਾਂ ਦੇ ਸਾਥੀਆਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ। ਇਹਨਾਂ ਨੇ ਸਨਮਾਨਯੋਗ ਸ਼ਖਸੀਅਤਾਂ ਦਾ ਜੇ ਸਨਮਾਨ ਰੱਖਿਆ, ਮੈਂ ਵੀ ਇਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ। ਕੁਝ ਸਮੱਸਿਆਵਾਂ ਦੱਸੀਆਂ ਗਈਆਂ ਸਰ, ਕੀ ਜਿਹੜੀ ਸੜਕ ਜਾਂ ਸਟਾਫ ਨੂੰ ਲੈ ਕੇ ਸਰ? ਬਿਲਕੁਲ, ਅੱਜ ਇਹਨਾਂ ਨੇ ਮੈਨੂੰ ਦੱਸਿਆ ਔਰ ਮੈਂ ਇਹਨਾਂ ਦੇ ਕਾਗਜ਼ਾਤ ਸਾਰੇ ਨਾਲ ਲੈ ਕੇ ਚੱਲਿਆ, ਹੈਲਥ ਮਿਨਿਸਟਰ ਨਾਲ ਗੱਲ ਕਰਕੇ, PWD ਮਿਨਿਸਟਰ ਨਾਲ ਗੱਲ ਕਰਕੇ। ਜੋ ਵੀ ਇਹ ਮੇਰੇ ਆਪਣੇ ਹਲਕੇ ਦਾ ਕੰਮ ਹੈ, ਜਾਂ ਰੱਬ ਕਰੇ 6 ਮਹੀਨੇ ਪਹਿਲਾਂ ਕਿਹਾ ਹੁੰਦਾ ਹੁਣ ਹੋਇਆ ਹੁੰਦਾ, ਹੁਣ ਇਹ ਜਲਦੀ ਹੋ ਜਾਏਗਾ। ਹੋਰ ਸਰ, ਬਹੁਤ ਸਾਰੀ ਸਿਹਤ ਸੁਵਿਧਾਵਾਂ ਨੇ ਜਿਹੜੇ ਹਸਪਤਾਲ 'ਚ ਲੈ ਕੇ, ਚਾਹੇ ਸਟਾਫ ਨੂੰ ਲੈ ਕੇ ਜਾਂ ਕੋਈ? ਮੈਂ ਕਿਹਾ ਜਲਦੀ ਹੋ ਜਾਣਗੇ। ਦੇਖੋ, ਸਟਾਫ ਹੈ, ਸਟਾਫ ਨਵਾਂ ਭਰਤੀ ਹੋਣ ਜਾ ਰਿਹਾ, ਕੈਬਨਿਟ 'ਚ ਵੀ ਗੱਲ ਚੱਲੀ ਹੈ, ਉਹਦੇ ਹਿਸਾਬ ਨਾਲ ਹੀ ਸਾਰੀ ਗੱਲ ਹੋਣੀ ਹੈ। ਪਰ ਇਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਜ਼ਿਲ੍ਹਾ ਹੈ, ਮੈਂ ਕੋਸ਼ਿਸ਼ ਕਰਕੇ CM ਸਾਹਿਬ ਨਾਲ ਮਿਲ ਕੇ ਪਹਿਲ ਦੇ ਅਧਾਰਿਤ ਕਰਾਂਗਾ। ਬਿਹਾਰ 'ਚ ਜਿਹੜੀ 100 ਮੌਤਾਂ ਹੋਈਆਂ ਦਿਮਾਗੀ ਬੁਖਾਰ ਨੂੰ ਲੈ ਕੇ, ਸਰ ਕੀ ਸਮਝਦੇ ਹੋ ਕੇਂਦਰ ਦੀ ਸਰਕਾਰ ਕਿਤੇ? ਉਹ ਸ਼ਰਮਨਾਕ ਹੈ, ਉੱਥੇ ਦੀ ਸਟੇਟ ਮਿਨਿਸਟਰ ਨੂੰ ਵੀ, ਸਟੇਟ ਸਰਕਾਰ ਨੂੰ ਵੀ, ਅਤੇ ਸੈਂਟਰ ਦੀ ਸਰਕਾਰ ਨੂੰ ਵੀ। ਉੱਥੇ BJP ਦੀ ਸਟੇਟ ਦੀ ਵੀ BJP ਦੀ ਸਰਕਾਰ ਹੈ ਔਰ ਸੈਂਟਰ ਦੀ ਵੀ। 15 ਦਿਨ ਬਾਅਦ ਕਿਤੇ ਜਾ ਕੇ ਮਿਨਿਸਟਰ ਉੱਤੇ ਪਹੁੰਚਿਆ, ਇਸ ਤੋਂ ਮਾੜੀ ਕਾਰਗੁਜ਼ਾਰੀ, ਇਦੋਂ ਲਾਪਰਵਾਹੀ ਹੋ ਨਹੀਂ ਸਕਦੀ। ਜਿੰਨਾ ਨਿੰਦਿਆ ਜਾਵੇ ਉਨਾ ਥੋੜ੍ਹਾ। ਮੰਤਰੀ ਸਾਹਿਬ, ਬੰਗਾਲ ਦੇ ਵੀ ਡਾਕਟਰਾਂ 'ਤੇ ਹਮਲੇ ਹੋਏ ਨੇ, ਕੋਈ ਪੰਜਾਬ ਸਰਕਾਰ ਇਸ ਸੰਬੰਧੀ ਕੋਈ ਕਾਨੂੰਨ ਬਣਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਵੀ ਇੱਦਾਂ ਦਾ? ਇਹ ਦੇਖੋ, ਮੇਰੀ ਗੱਲ ਸੁਣੋ, ਇਹ ਕਿੱਥੇ ਦੀ ਗੱਲ ਹੈ? ਬੰਗਾਲ ਦੀ, ਉਹ ਬੰਗਾਲ ਦਾ ਕੰਮ ਆ, ਇੱਥੇ ਪੰਜਾਬ ਦੀ ਗੱਲ ਕਰੋ, ਪੰਜਾਬ 'ਚ ਸਹੀ ਚੱਲ ਰਿਹਾ। ਪੰਜਾਬ ਦੇ ਡਾਕਟਰ ਉਸ ਸੰਬੰਧੀ ਵੀ ਉਰੇ ਕਰੀ ਜਾਂਦੇ ਨੇ ਜੀ? ਨਹੀਂ, ਇੱਥੇ ਡਾਕਟਰਾਂ ਨੂੰ ਕੋਈ ਸਾਡੇ ਵੱਲੋਂ ਕੋਈ ਐਸੀ ਗੱਲ ਨਹੀਂ। ਡਾਕਟਰ ਸਾਹਿਬਾਨ ਸਾਡੇ ਸਰਤਾਜ ਨੇ, ਵਧੀਆ ਕੰਮ ਚਲਾ ਰਹੇ ਨੇ। ਮੇਰੀ ਗੱਲ ਸੁਣੋ, ਇਹ ਐਸੇ ਮਾਮਲਿਆਂ 'ਚ ਦੇਖੋ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਿਹਤਰ ਦੱਸ ਸਕਦੇ ਨੇ। ਦੇਖੋ, ਮੈਂ ਬੇਨਤੀ ਮੇਰੀ ਇਹੀ ਹੈ, ਦੇਖੋ ਐਸੇ ਸੈਂਸਿਟਿਵ ਇਸ਼ੂ ਹੈ, ਇਹ 'ਤੇ ਬੋਲਿਆ ਨਹੀਂ ਜਾਂਦਾ। ਔਰ ਪਰ ਜਦੋਂ ਤੱਕ ਲੋਕ ਨਹੀਂ ਸਾਥ ਦਿੱਤੇ, ਆਪਾਂ ਸਰਕਾਰਾਂ ਨੂੰ, ਕਿਸੇ ਦੀ ਸਰਕਾਰ ਹੋਵੇ, ਅੱਜ ਸਾਡੀ ਆ, ਕੱਲ੍ਹ ਨੂੰ ਕਿਸੇ ਦੀ ਆ, ਪਹਿਲਾਂ ਵੀ ਰਹੀਆਂ ਨੇ, ਨਿਰਾਪੁਰਾ ਆਪਾਂ ਸਰਕਾਰਾਂ ਦੇ ਸਿਰ ਹੀ ਘੜਾ ਭੰਨੀ ਜਾਵਾਂਗੇ ਜਦੋਂ ਤੱਕ ਆਪਾਂ ਸਾਰੇ ਰਲ ਕੇ ਨਹੀਂ ਇੰਪਲੀਮੈਂਟ। ਜਿਵੇਂ ਬੋਲ ਨੇ, ਜੇ ਕਿਸੇ ਦਾ ਖੁੱਲ੍ਹਾ ਪਿਆ, ਸਾਰੇ ਮਹੱਲੇ ਵਾਲੇ ਇਕੱਠੇ ਹੋ ਜੇ, ਇਹਨੂੰ ਯਾਰ ਬੰਦ ਕਰ, ਕਿਹਦਾ ਬੱਚਾ ਡਿੱਗ ਜਾਏਗਾ, ਕਿਹਦਾ ਹੋ, ਆਪਾਂ ਸਾਰੇ ਹੀ, ਸਰਕਾਰ ਕੌਣ ਆ? ਸਰਕਾਰ ਲੋਕਾਂ ਨੇ, ਔਰ ਸਰਕਾਰ ਦੀ ਮਦਦ ਲੋਕਾਂ ਨੂੰ ਕਰਨੀ ਪਏਗੀ। ਜਦੋਂ ਤੱਕ ਲੋਕ ਸਾਥ ਨਹੀਂ ਦਿੰਦੇ, ਸਰਕਾਰਾਂ ਵੀ ਫੇਲ ਹੁੰਦੀਆਂ ਨੇ, ਔਰ ਸਾਰੀਆਂ ਇਹ ਚੀਜ਼ਾਂ ਫੇਲ ਹੋ ਜਾਂਦੀਆਂ ਲੋਕਾਂ ਦੇ ਸਾਥ ਵਗੈਰ, ਲੋਕਾਂ ਨੂੰ ਸਾਥ ਦੇਣਾ ਪਏਗਾ।